ਪਿੰਡ ਆਨੰਦਪੁਰ ਦੇ ਦੋ ਭੈਣਾਂ ਦੇ ਇੱਕ ਭਰਾ ਨੇ ਜਿਸ ਦਾ 15 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ, ਗਲਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਦਰਅਸਲ ਬਸੀ ਪਠਾਣਾ ਦੇ ਪਿੰਡ ਆਨੰਦਪੁਰ ਦਾ ਰਹਿਣ ਵਾਲਾ 23 ਸਾਲਾ ਨੌਜਵਾਨ ਨੌਕਰੀ ਨਾ ਮਿਲਣ ਕਰਕੇ ਪਰੇਸ਼ਾਨ ਰਹਿੰਦਾ ਸੀ, ਜਿਸ ਦੇ ਚੱਲਦਿਆਂ ਉਸਨੇ ਘਰ ਵਿੱਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ। ਖੁਸ਼ੀਆਂ ਵਾਲੇ ਇਸ ਘਰ ਵਿੱਚ ਹੁਣ ਮਾਤਮ ਦਾ ਮਾਹੌਲ ਹੈ। ਉਧਰ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤਾ ਹੈ। ਇਸ ਮੌਕੇ ਪਿੰਡ ਵਾਸੀ ਤਰਲੋਚਨ ਸਿੰਘ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਝੂਠੇ ਵਾਅਦੇ ਕਰ ਲੈਂਦੀਆਂ ਹਨ, ਪਰ ਉਹ ਬਿਆਨ ਹੀ ਰਹਿ ਜਾਂਦੇ ਨੇ, ਪਰ ਨੌਕਰੀ ਕਿਸੇ ਨੂੰ ਵੀ ਨਹੀਂ ਮਿਲਦੀ। ਜਿਸ 'ਤੇ ਸਵਾਲ ਇਹ ਉੱਠਦਾ ਹੈ ਕਿ ਬੇਰੁਜ਼ਗਾਰੀ ਕਾਰਨ ਪੰਜਾਬ ਦੇ ਹੋਰ ਕਿੰਨਿਆਂ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਗਵਾਉਣੀ ਪਵੇਗੀ। ਮੌਤ ਇਸ ਕਾਰਨ ਹੋਈ ਹੈ ਜੀ, ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਤਾਂ ਇਹ ਬੱਚਾ, ਨੌਕਰੀ ਇਹਨੂੰ ਮਿਲੀ ਨਹੀਂ, ਨਾ ਕੋਈ ਬੇਰੁਜ਼ਗਾਰੀ ਭੱਤਾ ਮਿਲਦਾ ਤਾ, ਬੇਰੁਜ਼ਗਾਰੀ ਦੇ ਕਾਰਨ ਬਹੁਤ ਪਰੇਸ਼ਾਨ ਰਹਿੰਦਾ ਤਾ, ਦੋ ਭੈਣਾਂ ਦਾ ਇਕੱਲਾ ਭਾਈ ਦਾ। ਅੱਜ ਕੱਲ੍ਹ ਗੌਰਮੈਂਟ ਜਿਹੜੀਆਂ ਸਰਕਾਰਾਂ ਨੇ ਵਾਅਦੇ ਕਰ ਲੈਂਦੀਆਂ ਨੇ ਝੂਠੇ ਕਿ ਨੌਕਰੀ ਦੇਵਾਂਗੇ, ਬੇਰੁਜ਼ਗਾਰੀ ਭੱਤਾ ਦੇਵਾਂਗੇ, ਬਸ ਉਹ ਬਿਆਨ ਹੀ ਰਹਿ ਜਾਂਦੇ ਨੇ, ਨੌਕਰੀ ਕਿਸੇ ਨੂੰ ਨਹੀਂ ਮਿਲਦੀ। ਸਰਕਾਰਾਂ ਨੂੰ ਵੀ ਕੋਈ ਇਹਦੇ ਵੱਲ ਖਿਆਲ ਨਹੀਂ ਕਿ ਸਾਡੇ ਨੌਜਵਾਨ ਬੱਚਿਆਂ ਦੀ ਜਾਨ ਜਾਂਦੀ ਕਿੰਨੀ ਕੀਮਤ ਆ, ਇੱਕ ਨੌਜਵਾਨ ਦੀ ਜਾਨ ਦੀ ਕੋਈ ਕੀਮਤ ਨਹੀਂ ਸਮਝੀ ਹੋਈ ਸਰਕਾਰਾਂ। ਮੇਰਾ ਪਿੰਡ ਆਨੰਦਪੁਰ, ਮੇਰਾ ਨਾਮ ਮਨਜੀਤ ਸਿੰਘ ਜੀ। ਜੋ ਸਾਡੇ ਪਿਛਲੇ ਦਿਨ 28 ਤਰੀਕ ਨੂੰ ਇੱਕ ਨੌਜਵਾਨ ਦੀ ਖੁਦਕੁਸ਼ੀ ਕਰ ਲਈ, ਜਿਸ ਦਾ ਨਾਮ ਬਿੱਟੂ ਸੀ, ਇੱਕ ਭਾਈ ਸੀ ਇਕੱਲੇ ਜੀ, ਦੋ ਭੈਣਾਂ ਸੀਗੇ, ਪੜ੍ਹਿਆ ਲਿਖਿਆ ਸੀਗਾ, ਨੌਕਰੀ ਨਾ ਮਿਲਣ ਕਰਕੇ ਇਸਨੇ ਖੁਦਕੁਸ਼ੀ ਕਰ ਲਈ, ਗੱਲ ਫਰਾਹ ਲੈ ਕੇ ਖੁਦਕੁਸ਼ੀ ਕਰ ਲਈ। ਕਾਰਨ ਇਹ ਸੀ ਕਿ ਇਹ ਪਲੱਸ ਟੂ ਪਾਸ ਸੀਗੇ, ਨੌਕਰੀ ਨਾ ਮਿਲਣ ਕਰਕੇ ਡਿਪਰੈਸ਼ਨ 'ਚ ਰਹਿ ਗਿਆ ਸੀ। ਇਹਦੇ ਪਿਓ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ 'ਚ ਲਿਆਂਦੀ।